ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ 'ਤੇ ਸਵਾਗਤ ਹੈ। ਅੱਜ ਅਸੀਂ SST 2021 ਪੜ੍ਹਾਂਗੇ, ਜੋ ਕੁਸ਼ਚਨ ਪੇਪਰ ਪੀ ਵਿੱਚੋਂ ਆਇਆ ਹੋਇਆ ਹੈ। ਤਾਂ ਇਹਦੇ ਵਿੱਚ ਅਸੀਂ ਫਸਟ ਕੁਸ਼ਚਨ ਕਰਾਂਗੇ, ਜੋ ਹੈ ਪੂਰਬੀ ਘਾਟ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ। ਤਾਂ ਇਹਦੇ ਵਿੱਚ ਚਾਰ ਆਪਸ਼ਨ ਨੇ ਜੀ। ਤਾਂ ਜੋ ਰਾਈਟ ਆਨਸਰ ਹੈ ਉਹ ਆਵੇਗਾ ਜੀ ਮਹਿੰਦਰਾਗਿਰੀ। ਨੈਕਸਟ ਕੁਸ਼ਚਨ ਹੈ ਜੀ, ਸੰਸਾਰ ਦੀ ਸਭ ਤੋਂ ਵੱਡੀ ਜਲ ਨਿਕਾਸੀ ਘਾਟੀ ਕਿਸ ਦੀ ਹੈ। ਤਾਂ ਆਵੇਗਾ ਜੀ ਐਮਾਜ਼ੋਨ ਰਿਵਰ। ਅਗਲਾ ਕੁਸ਼ਚਨ ਹੈ ਜੀ ਸਾਡਾ ਕਿ ਸਿੰਧੂ ਜਲ ਸਮਝੌਤਾ 1960 ਦੇ ਨਿਯਮਾਂ ਦੇ ਅਨੁਸਾਰ ਭਾਰਤ ਸਿੰਧ ਨਦੀ ਵਿਵਸਥਾ ਦੇ ਕੁੱਲ ਪਾਣੀ ਦਾ ਡੈਸ਼ ਭਾਗ ਹੀ ਪ੍ਰਯੋਗ ਕਰ ਸਕਦਾ ਹੈ। ਇਸਦਾ ਰਾਈਟ ਆਨਸਰ ਹੈ ਜੀ ਓਨਲੀ 20%। ਅਗਲਾ ਕੁਸ਼ਚਨ ਹੈ ਜੀ, ਭਾਰਤ ਵਿੱਚ ਜੰਗਲੀ ਜੀਵਨ ਸੁਰੱਖਿਆ ਅਧਿਨਿਯਮ ਡੈਸ਼ ਵਿੱਚ ਲਾਗੂ ਹੋਇਆ ਅਤੇ ਹੋਇਆ ਸੀ ਜੀ 1972 ਵਿੱਚ। ਨੈਕਸਟ ਹੈ ਜੀ, ਉਸ ਭੂ ਦੀਪ ਨੂੰ ਕੀ ਕਹਿੰਦੇ ਹਨ ਜੋ ਪਾਣੀ ਨਾਲ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ, ਸੋਰੀ ਸਮੁੰਦਰ ਨਾਲ, ਤਾਂ ਉਸਨੂੰ ਕਹਿੰਦੇ ਹਨ ਪ੍ਰਾਇਦੀਪੀ। ਨੈਕਸਟ ਕੁਸ਼ਚਨ ਹੈ ਜੀ ਸਾਡਾ, ਡੈਕਨ ਪਠਾਰ ਵਿੱਚ ਤਿਕੋਣਾ ਭੂ ਭਾਗ ਡੈਸ਼ ਨਦੀ ਦੇ ਦੱਖਣ ਵਿੱਚ ਹੈ। ਤਾਂ ਹੈ ਜੀ ਨਰਮਦਾ ਨਦੀ ਦੇ ਦੱਖਣ ਵਿੱਚ। ਨੈਕਸਟ ਹੈ ਜੀ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ ਜਾਂ ਕਹਿ ਸਕਦੇ ਹਾਂ ਸਾਰਕ ਡੈਸ਼ ਵਿੱਚ ਬਣੀ, ਤਾਂ ਉਹ ਬਣਿਆ ਸੀ ਜੀ 1985 ਦੇ ਵਿੱਚ। ਨੈਕਸਟ ਹੈ ਜੀ, ਮੈਨੂੰ ਦੱਸੋ ਅਤੇ ਮੈਂ ਭੁੱਲ ਜਾਵਾਂਗਾ, ਮੈਨੂੰ ਦਿਖਾਓ ਮੈਂ ਯਾਦ ਕਰਾਂਗਾ, ਮੈਨੂੰ ਸ਼ਾਮਿਲ ਕਰੋ ਮੈਂ ਸਮਝ ਜਾਵਾਂਗਾ, ਇਹ ਕਥਨ ਕਿਸ ਦੀ ਪਹੁੰਚ ਨਾਲ ਸੰਬੰਧਿਤ ਹੈ। ਤਾਂ ਇਸਦਾ ਜੋ ਰਾਈਟ ਆਨਸਰ ਹੈ ਜੀ ਉਹ ਆਵੇਗਾ ਡੀ ਅਨੁਭਵੀ ਪਹੁੰਚ। ਨੈਕਸਟ ਹੈ ਜੀ, ਇਨਕੁਆਇਰੀ ਟ੍ਰੇਨਿੰਗ ਮਾਡਲ ਕਿਸ ਨੇ ਵਿਕਸਿਤ ਕੀਤਾ? ਤਾਂ ਇਹ ਵਿਕਸਿਤ ਕੀਤਾ ਸੀਗਾ ਜੀ ਰਿਚਰਡ ਸੱਚਮੈਨ ਨੇ। ਨੈਕਸਟ ਹੈ ਜੀ, ਐਨੈਨੋਮੀਟਰ ਨਾਮਕ ਯੰਤਰ ਡੈਸ਼ ਨੂੰ ਮਾਪਣ ਦੇ ਕੰਮ ਆਉਂਦਾ ਹੈ? ਤਾਂ ਆਉਂਦਾ ਹੈ ਜੀ ਵਿੰਡ ਸਪੀਡ ਨੂੰ। ਨੈਕਸਟ ਹੈ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਮਹਿਲਾ ਦਾ ਨਾਮ ਦੱਸੋ? ਤਾਂ ਇਸਦਾ ਜੋ ਰਾਈਟ ਆਨਸਰ ਹੈ ਜੀ ਉਹ ਹੋਵੇਗਾ ਸਰੋਜਨੀ ਨਾਇਡੂ। ਨੈਕਸਟ ਹੈ ਜੀ, ਪਲਕ ਸਟ੍ਰੇਟ ਇਹਨਾਂ ਦੋ ਦੇਸ਼ਾਂ ਦੇ ਵਿਚਕਾਰ ਹੈ, ਉਹ ਹੈ ਜੀ ਇੰਡੀਆ ਐਂਡ ਸ਼੍ਰੀਲੰਕਾ ਦੇ ਵਿਚਕਾਰ। ਨੈਕਸਟ ਹੈ ਜੀ, 1853 ਵਿੱਚ ਬੰਬਈ ਤੋਂ ਥਾਣਾ ਤੱਕ ਪਹਿਲੇ ਰੇਲਵੇ ਟਰੈਕ ਡੈਸ਼ ਦੁਆਰਾ ਨਿਰਮਾਣ ਕੀਤਾ ਗਿਆ? ਤਾਂ ਕੀਤਾ ਗਿਆ ਸੀ ਜੀ ਲਾਰਡ ਡਲਹੌਜ਼ੀ ਦੁਆਰਾ। ਨੈਕਸਟ ਕੁਸ਼ਚਨ ਹੈ ਜੀ ਸਾਡਾ, ਇੰਡੀਅਨ ਚੈਂਬਰਸ ਆਫ ਕਮਰਸ ਅਤੇ ਇੰਡਸਟਰੀ ਸੰਘ ਡੈਸ਼ ਵਿੱਚ ਬਣਿਆ? ਤਾਂ ਉਹ ਬਣਿਆ ਸੀ ਜੀ 1927 ਦੇ ਵਿੱਚ। ਨੈਕਸਟ ਹੈ ਜੀ, ਮਾਰਵਾੜੀ ਵਪਾਰ ਸੇਠ ਹੁਕਮ ਚੰਦ ਨੇ 1917 ਵਿੱਚ ਕੋਲਕਾਤਾ ਵਿੱਚ ਪਹਿਲੀ ਭਾਰਤੀ ਡੈਸ਼ ਮਿੱਲ ਸਥਾਪਿਤ ਕੀਤੀ? ਤਾਂ ਉਹਨਾਂ ਨੇ ਕੀਤੀ ਸੀ ਜੀ ਜੂਟ ਮਿੱਲ। ਨੈਕਸਟ ਹੈ ਜੀ, ਕਿਹੜੇ ਗ੍ਰਹਿ ਨੂੰ ਧਰਤੀ ਦਾ ਜੁੜਵਾਂ ਗ੍ਰਹਿ ਕਿਹਾ ਜਾਂਦਾ ਹੈ? ਤਾਂ ਹੈਗਾ ਜੀ ਵੀਨਸ। ਨੈਕਸਟ ਹੈ ਜੀ, ਕ੍ਰਿਸਮਿਸ ਡੈਸ਼ ਵਿੱਚ ਗਰਮੀਆਂ ਵਿੱਚ ਮਨਾਇਆ ਜਾਂਦਾ ਹੈ? ਉਹ ਹੈ ਜੀ ਆਸਟ੍ਰੇਲੀਆ ਵਿੱਚ। ਨੈਕਸਟ ਹੈ ਜੀ, ਕਿਹੜੇ ਸਥਾਨ 'ਤੇ ਸੰਸਾਰ ਦਾ ਸਭ ਤੋਂ ਵੱਧ ਗਰਮ ਮਾਰੂਥਲ ਸਹਾਰਾ ਮਾਰੂਥਲ ਸਥਿਤ ਹੈ? ਤਾਂ ਉਹ ਹੈ ਜੀ ਅਫਰੀਕਾ। ਨੈਕਸਟ ਹੈ ਜੀ, ਬਹਾਦਰ ਸ਼ਾਹ ਜ਼ਫਰ ਦੀ ਮੌਤ ਰੰਗੂਨ ਜੇਲ੍ਹ ਵਿੱਚ ਨਵੰਬਰ ਡੈਸ਼ ਵਿੱਚ ਹੋਈ? ਤਾਂ ਉਹ ਹੋਈ ਸੀ ਜੀ 1862 ਦੇ ਵਿੱਚ। ਨੈਕਸਟ ਹੈ, ਦੀ ਹਿਸਟਰੀ ਆਫ ਲਾਸ ਆਫ ਵੀਅਤਨਾਮ ਕਿਤਾਬ ਕਿਸ ਦੁਆਰਾ ਲਿਖੀ ਗਈ ਹੈ? ਤਾਂ ਉਹ ਲਿਖੀ ਗਈ ਹੈ ਜੀ ਫੈਨ ਬੋਈ ਚਾਓ। ਖਿਲਾਫਤ ਕਮੇਟੀ ਬੰਬਈ ਵਿੱਚ ਡੈਸ਼ ਵਿੱਚ ਬਣਾਈ ਗਈ? ਤਾਂ ਉਹ ਬਣਾਈ ਗਈ ਸੀ ਜੀ ਮਾਰਚ 1919 ਦੇ ਵਿੱਚ।
नैक्सट है जी, स्वय सहायता संघ जां कह सकदे हां सेल्फ हैल्प ग्रुप विच बचत अते कर्जे नाल संबंधित फैसले किस द्वारा लए जांदे हन? तो लए जांदे हन जी मैंबरां द्वारा। नैक्सट है जी, भारत की केंद्रीय सरकार द्वारा आई सी डबल एस आर की स्थापना कदों की गई, इसका पूरा नाम दसो। तो वह है जी 1969 इंडियन काउंसिल ऑफ सोशल सर्विस रिसर्च। नैक्सट है जी, ब्लूम के मौलिक वर्गीकरण अनुसार किन्ने कार्य खेत्र हैं? तो ब्लूम के 3 ने जी। अगला क्वेश्चन है साडा, हिंदू विधवा विवाह कानून कदों पास किया गया? तो पास किया गया जी 1858 के, सॉरी 56 के। नैक्सट है जी, मनुखी तस्करी या मनुख का व्यापार करने वाला संविधान के किस अधिकार के अधीन है? तो है जी राइट अगेंस्ट एक्सप्लोटेशन, शोषण विरुद्ध अधिकार। अगला क्वेश्चन है जी साडा, फ्रांस के विद्यार्थियों को कोई भी धार्मिक या राजनीतिक सबूत या चिन्ह पाने तो पाबंदी वाला जो कानून है वह कदों पास किया गया? तो किया गया सी जी 2004 नू। नैक्सट है, हिंदू मताधिकार सोध एक्ट 2005 के अनुसार हेठ लिखे विचों केड़ा एक्ट सही है? वह है जी बी, कि पुत्र ते धियां परिवारक संपत्ति का इको जिहा हिस्सा लै सकते हैं। नैक्सट है जी, सर्वोच्च अदालत की स्थापना कदों हुई? तो वह हुई सी जी 26 जनवरी 1950 नू, मतलब जदों साडा जिहड़ा संविधान लागू होया उदों ही जिहड़ा कानूनी सिस्टम सी वह लागू होया। नैक्सट इस संविधान का आर्टिकल 22 अते अपराधिक कानून हर गिरफ्तार किए गए व्यक्ति को मौलिक अधिकारों की गरंटी दिता है? इसका जो राइट आंसर है जी वह है बी, सैकेंड एंड फोर, गिरफ्तार दौरान कैद विच तकलीफ या यात्रा ना देने का अधिकार। एंड फोर है जी, 15 साल तो घट उम्र का लड़का तो औरतों केवल पूछगिछ लई पुलिस स्टेशन ना बुलाए जाने का अधिकार, भी सिर्फ पूछगिछ लई भी 15 साल तो घट आ बच्चे जो उन्होंने ना बुलाया जाए। अगला क्वेश्चन है जी साडा, पहला मुगल सम्राट कौन सी? तो सारों पता ही जी वो सी बाबर। नैक्सट है जी, अकबरनामा किसने लिखा? तो इसका राइट आंसर है जी अबुल फजल ने। नैक्सट है जी, हेठ लिखे विचों किसनों सुनहरी रेशा भी कहा जाता है? तो वो सुनहरी रेशा जो वो है जी पटसन। नैक्सट है, डैश दा संसार विच सब तो वड्डा अभ्रक उत्पादन ते निर्यातक है? वो है जी इंडिया। नैक्सट है जी, भारत सरकार ने मनुखी संसाधन विकास मंत्रालय कदों बनाया? तो वह बनाया गया सी जी 1985 दे विच। नैक्सट है, हेठ लिखे विच केड़ा जापान दे मॉन्चेस्टर दे वजो जाने जांदा है? तो वह है जी उसाका। नैक्सट है जी, सिलिकॉन वादी डैश विखे स्थित है? तो सिलिकॉन वादी हैगी जी जिहड़ी वह बेंगलुरु दे विच स्थित है। नैक्सट है जी, जैविक स्रोत ने, तो ये जो राइट आंसर है वह है जीवित चीज़ों तो बने हुए। नैक्सट है, संसार दी सब तो पुरानी चट्टाना कित्थे हैं? वो हैगियां ने ईस्टर्न एशिया, पूर्वी एशिया। नैक्सट है जी, संसार के किस देश या शहर दे विच सब तो पहला जल शक्ति द्वारा बिजली तैयार की गई? तो की गई सी जी नॉर्वे दे विच। नैक्सट है, हेठ लिखे विचों केड़ा राज अबरक का मुख उत्पादक नहीं है? जो नहीं है वो है राजस्थान। नैक्सट क्वेश्चन है जी, मरीनो किसकी प्रजाति है?
ਨੰਬਰ 99 ਹੈ ਜੀ ਪੇੜ ਦੀ ਪ੍ਰਜਾਤੀ। ਪੰਜਾਬ ਵਿੱਚ ਭੂਮੀ ਪਤਨ ਦਾ ਮੁੱਖ ਕਾਰਨ ਹੇਠ ਲਿਖਿਆਂ ਵਿੱਚੋਂ ਕੀ ਹੈ? ਉਹ ਹੈ ਜੀ ਓਵਰ ਇਰੀਗੇਸ਼ਨ, ਜ਼ਿਆਦਾ ਸਿੰਚਾਈ। ਨੈਕਸਟ ਹੈ ਜੀ ਡੈਸ਼ ਦੇਸ਼ ਨੂੰ ਬਰਾਬਰ ਦੋ ਭਾਗਾਂ ਵਿੱਚ ਵੰਡਦੀ ਹੈ? ਉਹ ਹੈ ਜੀ ਕਰਕ ਰੇਖਾ। ਨੈਕਸਟ ਹੈ ਅਰਬ ਸਾਗਰ ਵਿਚਲੇ ਟਾਪੂਆਂ ਦੇ ਸਮੂਹ ਦਾ ਨਾਮ ਕੀ ਹੈ? ਉਹ ਹੈ ਜੀ ਲਕਸ਼ਦੀਪ। ਨੈਕਸਟ ਭਾਰਤ ਵਿੱਚ ਸਭ ਤੋਂ ਵੱਡੀ ਖਾਰੀ ਜਲ ਚਿਲਕਾ ਝੀਲ ਹੈ ਜੋ ਡੈਸ਼ ਰਾਜ ਵਿੱਚ ਪਾਈ ਜਾਂਦੀ ਹੈ? ਉਹ ਹੈ ਉੜੀਸਾ। ਨੈਕਸਟ ਹੈ ਜੀ ਮਸ਼ਰੂਮ ਚਟਾਨਾਂ ਡੈਸ਼ ਵਿੱਚ ਪਾਈਆਂ ਜਾਂਦੀਆਂ ਹਨ? ਮਸ਼ਰੂਮ ਚਟਾਨਾਂ ਜਿਹੜੀਆਂ ਜੋ ਡੈਜ਼ਰਟ ਦੇ ਵਿੱਚ ਪਾਈਆਂ ਜਾਂਦੀਆਂ। ਨੈਕਸਟ ਹੈ 22 ਮਾਰਚ ਡੈਸ਼ ਦਿਵਸ ਵਜੋਂ ਮਨਾਇਆ ਜਾਂਦਾ ਹੈ, ਵਰਲਡ ਵਾਟਰ ਡੇ। ਨੈਕਸਟ ਹੈ ਜੀ ਬੰਗਾਲ ਦਾ ਟਾਈਗਰ ਡੈਸ਼ ਵਿੱਚ ਪਾਇਆ ਜਾਂਦਾ ਹੈ, ਡੈਲਟਾ ਏਰੀਆ ਦੇ ਵਿੱਚ। ਨੈਕਸਟ ਕੁਸ਼ਚਨ ਹੈ ਜੀ ਸੰਸਾਰ ਵਿੱਚ ਕਿਹੜਾ ਇੱਕੋ ਇੱਕ ਦੇਸ਼ ਹੈ ਜਿੱਥੇ ਸ਼ੇਰ ਅਤੇ ਚੀਤੇ ਦੋਨੋਂ ਪਾਏ ਜਾਂਦੇ ਹਨ? ਉਹ ਹੈ ਜੀ ਇੰਡੀਆ। ਨੈਕਸਟ ਹੈ ਰਾਸ਼ਟਰੀ ਜਨਸੰਖਿਆ ਨੀਤੀ 2000 ਦਾ ਢਾਂਚਾ ਪ੍ਰਦਾਨ ਕਰਦਾ ਹੈ? ਇਸਦਾ ਆਂਸਰ ਹੈ ਜੀ ਸੀ। 14 ਸਾਲ ਦੀ ਉਮਰ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ। ਬਾਲ ਮੌਤ ਦਰ 1000 ਜਨਮਾਂ ਦੇ ਪਿੱਛੇ 30 ਤੋਂ ਵੀ ਘੱਟ ਕਰਨੀ ਐਂਡ ਟੀਕੇ ਨਾਲ ਰੋਕਣਯੋਗ ਬਿਮਾਰੀਆਂ ਵਿਰੁੱਧ ਬੱਚਿਆਂ ਦੀ ਸਰਵਵਿਆਪਕ ਸੁਰੱਖਿਆ ਪ੍ਰਾਪਤ ਕਰਨੀ। ਨੈਕਸਟ ਹੈ ਮਰਦਸ਼ੁਮਾਰੀ 2001 ਦੇ ਅਨੁਸਾਰ ਉਹ ਵਿਅਕਤੀ ਸਾਖਰ ਹੈ ਜੋ, ਇਸਦਾ ਰਾਈਟ ਆਂਸਰ ਹੈ ਜੀ ਸੀ, 7 ਜਾਂ ਇਸ ਤੋਂ ਉੱਪਰ ਦਾ ਹੈ, ਕੋਈ ਵੀ ਭਾਸ਼ਾ ਨੂੰ ਪੜ੍ਹ ਜਾਂ ਲਿਖ ਸਕਦਾ ਹੈ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ? ਜੋ ਗਲਤ ਹੈ ਉਹ ਹੈ ਸੈਕਿੰਡ, ਸਰਕਾਰੀ ਦਸਤਾਵੇਜ਼ ਨੂੰ ਸਮਝਣ ਵਿੱਚ ਮਦਦ ਕਰਦੇ ਹਨ ਕਿ ਲੋਕ ਕੀ ਸੋਚਦੇ ਹਨ? ਨੈਕਸਟ ਹੈ ਕਿਸ ਰਾਜ ਵਿੱਚ ਨੰਦਾ ਦੇਵੀ ਬਾਇਓ ਰਿਜ਼ਰਵ ਸਥਿਤ ਹੈ? ਉਹ ਜੀ ਉੱਤਰਾਖੰਡ ਵਿੱਚ। ਨੈਕਸਟ ਕੁਸ਼ਚਨ ਹੈ ਜੀ ਸਹੀ ਮਿਲਾਨ ਕਰਨੇ ਆਪਾਂ ਤਾਂ ਇਹਦੇ ਵਿੱਚ ਸਾਡਾ ਜੋ ਰਾਈਟ ਹੈ ਉਹ ਹੈ ਏ, ਜੋ ਵਿਲੀਅਮ ਜੋਨਸ ਨੇ ਉਹ ਹੈਗੇ ਪ੍ਰਾਚੀਨ ਸੱਭਿਆਚਾਰ ਲਈ ਆਦਰ, ਜੋ ਰਵਿੰਦਰਨਾਥ ਟੈਗੋਰ ਨੇ ਉਹ ਹੈਗੇ ਨੇ ਅੰਗਰੇਜ਼ੀ ਸਿੱਖਿਆ ਦੇ ਆਲੋਚਕ, ਜੋ ਮਹਾਤਮਾ ਗਾਂਧੀ ਨੇ, ਥੋਮਸ ਮੈਕਾਲੇ ਨੇ ਅੰਗਰੇਜ਼ੀ ਸਿੱਖਿਆ ਵਿੱਚ ਉੱਨਤੀ, ਮਹਾਤਮਾ ਗਾਂਧੀ ਨੇ ਜੋ ਅੰਗਰੇਜ਼ੀ ਸਿੱਖਿਆ ਦੇ ਆਲੋਚਕ, ਪਾਠਸ਼ਾਲਾ ਹੈ ਜੋ ਉਸਦਾ ਹੋਵੇਗਾ ਥਰਡ ਗੁਰੂ। ਨੈਕਸਟ ਹੈ ਜੀ ਸਤੀ ਪ੍ਰਥਾ 'ਤੇ ਪਾਬੰਦੀ ਕਦੋਂ ਲੱਗੀ? ਤਾਂ ਉਹ ਲੱਗੀ ਸੀ ਜੀ 1829 ਦੇ ਵਿੱਚ। ਨੈਕਸਟ ਹੈ ਜੀ ਨਕਸ਼ੇ ਬਣਾਉਣ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸਨੂੰ ਕਿਹਾ ਜਾਂਦਾ ਹੈ ਜੀ ਕਾਰਟੋਗ੍ਰਾਫਰ। ਨੈਕਸਟ ਹੈ ਜੀ ਉਹ ਸਥਾਨ ਜਿੱਥੇ ਦਸਤਾਵੇਜ਼ ਅਤੇ ਹਸਤਾਖਰ ਲਿਖੇ ਜਾਂਦੇ ਹਨ ਉਹ ਹੈ ਜੀ ਅਰਚੀਵ, ਅਭਿਲੇਖਾਗਰ। ਨੈਕਸਟ ਹੈ ਜੀ ਭਾਰਤ ਵਿੱਚ ਪਹਿਲੀ ਸੂਤੀ ਮਿੱਲ ਕਦੋਂ ਸਥਾਪਿਤ ਕੀਤੀ ਗਈ? ਇਸਦਾ ਰਾਈਟ ਆਂਸਰ ਹੈ ਜੀ ਬੋਂਬੇ 1854 ਵਿੱਚ। ਨੈਕਸਟ ਹੈ ਟਾਟਾ ਆਇਰਨ ਅਤੇ ਸਟੀਲ ਕੰਪਨੀ ਨੇ ਡੈਸ਼ ਸਟੀਲ ਦਾ ਉਤਪਾਦਨ ਕੀਤਾ? ਉਹ ਕੀਤਾ ਸੀ ਜੀ 1912 ਦੇ ਵਿੱਚ। ਅੱਜ ਲਈ ਸਿਰਫ ਇੰਨਾ ਹੀ, ਅੱਜ ਅਸੀਂ ਜੋ 2021 ਦੇ ਵਿੱਚ ਪੇਪਰ ਆਇਆ ਸੀ ਉਹਦੀ SST ਵੀ ਕਲੀਅਰ ਕਰ ਲਈ ਹੈਗੀ, ਔਰ ਇਸੇ ਤਰ੍ਹਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹਾਂਗੇ, ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਵੱਧ ਤੋਂ ਵੱਧ
लाइक करना, जो चीज़ नहीं समझ आती उसनों कमेंट करके पूछ लेना।